ਦਲਜੀਤ ਪਾਲ ਦਾ ਇਕਾਂਗੀ ਹੈ ਮੌਤ ਦੀ ਸਿਫਾਰਿਸ਼ ਪਾਤਰ ਮੱਗਰ ਸਿੰਘ ਥਾਣੇਦਾਰ सोनू ਮੋਟਰਸਾਈਕਲ ਸਵਾਰ ਕਾਉਂਸਲਰ ਸ਼ਹਿਰ ਦਾ ਮੁਖੀਆ ਇੱਕ ਵਿਅਕਤੀ ਕਾਉਂਸਲਰ ਦਾ ਜਾਣਕਾਰ ਫੇਡ ਇਨ ਸ਼ਾਮ ਦੇ 4 ਵਜੇ ਦਾ ਸਮਾਂ ਸੀ ਤੇਜ਼ ਰਫ਼ਤਾਰ ਨਾਲ ਇੱਕ ਮੋਟਰਸਾਈਕਲ ਸਵਾਰ ਸੱਪ ਵਾਂਗੂ ਮੇਲ ਦਾ ਸ਼ਹਿਰ ਵੱਲ ਨੂੰ ਵੱਧ ਆ ਰਿਹਾ ਸੀ ਥਾਣੇਦਾਰ ਰੋਕੋ ਇਹਨੂੰ ਥਾਣੇਦਾਰ ਮਗਰ ਸਿੰਘ ਨੇ ਸ਼ਹਿਰ ਦੇ ਬਾਹਰਲੇ ਚੌਂਕ ਤੇ ਲਗਾਏ ਨਾਖੇ ਤੇ ਆਪਣੇ ਨਾਲ ਖੜੀ ਤਿੰਨ ਸਿਪਾਈਆਂ ਨੂੰ ਹੁਕਮ ਦਿੱਤਾ ਸਿਪਾਈ ਹੁਕਮ ਦੀ ਪਾਲਣਾ ਕਰਦੇ ਹੋਏ ਜੀ ਜਨਾਬ ਸਿਪਾਈ ਮੋਟਰਸਾਈਕਲ ਨੂੰ ਰੋਕਣ ਲਈ ਸੱਜੇ ਹੱਥ ਨਾਲ ਇਸ਼ਾਰਾ ਕਰਦੇ ਹਨ ਇੱਕ ਕੋਲ ਪਏ ਬੈਰੀਕੇਡ ਨੂੰ ਅੱਗੇ ਵਧਾਉਂਦਾ ਹੈ ਸਿਪਾਈ ਕੀ ਗੱਲ ਹੈ ਅੱਗ ਲੱਗੀ ਹੈ ਪਿੱਛੇ ਜਾਂ ਮਗਰ ਪਿਆ ਕੋਈ ਲਿਆ ਕਾਗਜ਼ ਵਖਾ ਲਾਇਸੈਂਸ ਵੀ ਦੇ ਇੱਕ ਸਪਾਈ ਮੋਟਰਸਾਈਕਲ ਚੋਂ ਚਾਬੀ ਕੱਢਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਮੋਟਰਸਾਈਕਲ ਸਵਾਰ ਪਹਿਲੇ ਕੱਢ ਕੇ ਜੇਬ ਚ ਪਾ ਲੈਂਦਾ ਮੋਟਰਸਾਈਕਲ ਸਵਾਰ ਜੇਬ ਤੋਂ ਫੋਨ ਕੱਢਦਾ ਤੇ ਉਸ ਤੇ ਕੋਈ ਨੰਬਰ ਡਾਇਲ ਕਰਕੇ ਗੱਲ ਕਰਦਾ ਹੋਇਆ ਪਿਤਾ ਜੀ ਆ ਥਾਣੇਦਾਰ ਨਾਲ ਗੱਲ ਕਰਿਓ ਸਿਪਾਈ ਰੋਬ ਨਾਲ ਕਾਗਜ਼ ਵਖਾ ਕਾਗਜ਼ ਮੋਟਰਸਾਈਕਲ ਸਵਾਰ ਸਪਾਈ ਦੀ ਗੱਲ ਨੂੰ ਅਣ ਸੁਣਿਆ ਕਰਦਾ ਹੋਇਆ ਥਾਣੇਦਾਰ ਥਾਣੇਦਾਰ ਵੱਲ ਵਧਦਾ ਆ ਗੱਲ ਕਰਿਓ ਥਾਣੇਦਾਰ ਨਹੀਂ ਨਹੀਂ ਕਾਗਜ਼ ਵਖਾ ਕਾਗਜ਼ ਮੋਟਰਸਾਈਕਲ ਸਵਾਰ ਗੱਲ ਤੇ ਕਰਿਓ ਮੋਟਰਸਾਈਕਲ ਸਵਾਰ ਫੋਨ ਨੂੰ ਥਾਣੇਦਾਰ ਦੇ ਕੰਨ ਵੱਲ ਨੂੰ ਵਧਾਉਂਦਾ ਹੈ ਥਾਣੇਦਾਰ ਆਪਣੀ ਮਰਜ਼ੀ ਦੇ ਖਿਲਾਫ ਫੋਨ ਫੜਦਾ ਤੇ ਕੰਨ ਨੂੰ ਲਾਉਂਦਾ ਹੈ ਥਾਣੇਦਾਰ ਹਾਂਜੀ ਦੱਸੋ ਕਾਉਂਸਲਰ ਮੈਂ ਕਾਉਂਸਲਰ ਬੋਲਦਾ ਕੀ ਗੱਲ ਹੋਈ ਮੁੰਡੇ ਨੂੰ ਕਿਉਂ ਰੋਕਿਆ ਥਾਣੇਦਾਰ ਦੇ ਬੋਲਾਂ 'ਚ ਨਰਮਾਈ ਆ ਜਾਂਦੀ ਹੈ ਉਹ ਫੋਨ ਨੂੰ ਘੁੱਟ ਕੇ ਫੜਦਾ ਤੇ ਬੋਲਦਾ ਜਨਾਬ ਇਹ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਇਸ ਕੋਲ ਮੋਟਰਸਾਈਕਲ ਦੇ ਕਾਗਜ਼ ਪੱਤਰ ਵੀ ਕੋਈ ਨਹੀਂ ਤੇ ਇਹਨੇ ਹੈਲਮਟ ਵੀ ਨਹੀਂ ਪਾਇਆ ਹੋਇਆ ਸੋਏ ਦਾ ਚਲਾਨ ਬਣਦਾ ਹੈ ਕਾਉਂਸਲਰ ਉਹ ਤੈਨੂੰ ਚਲਾਨ ਕਰਨ ਨੂੰ ਮੇਰੇ ਹੀ ਮੁੰਡਾ ਲੱਭਿਆ ਹੋਰ ਥੋੜੇ-ਤੋੜੇ ਫਿਰਦੇ ਨੇ ਛਾੜੇ ਨੂੰ ਜਾਣਦੇ ਥਾਣੇਦਾਰ ਫੋਨ ਮੋਟਰਸਾਈਕਲ ਸਵਾਰ ਨੂੰ ਫੜਾਉਂਦਾ ਹੋਇਆ ਤੇ ਸਪਾਈਆਂ ਵੱਲ ਵੇਖ ਕੇ ਮੂੰਹ 'ਚ ਕੁਝ ਬੁੜਬੁੜਾਉਂਦਾ ਹੋਇਆ ਜਾਣਦੇ ਹੋਏ ਮੋਟਰਸਾਈਕਲ ਸਵਾਰ ਮੂੰਹ ਦੇ ਸੱਜੇ ਪਾਸੇ ਵਾਲੇ ਹਿੱਸੇ ਨੂੰ ਥੋੜਾ ਉੱਪਰ ਚੁੱਕ ਕੇ ਮੁਸਕਰਾਉਂਦਾ ਹੋਇਆ ਆ ਜਿਹੜੀ ਨਵੀਂ ਸੜਕ ਤੇ ਤੂੰ ਨਾਕਾ ਲਾਇਆ ਹੋਇਆ ਹੈ ਇਹ ਮੇਰੇ ਠੇਕੇਦਾਰ ਚਾਚੇ ਨੇ ਬਣਾਈ ਹੈ ਇੰਨੀ ਗੱਲ ਕਹਿ ਕੇ ਉਹ ਮੋਟਰਸਾਈਕਲ ਦੀ ਕਿੱਕ ਮਾਰ ਕੇ ਗੋਲੀ ਵਾਂਗੂ ਨਿਕਲ ਜਾਂਦਾ ਹੈ ਕੋਈ ਵੀ ਨਹੀਂ ਜਾਣਦਾ ਕਿ ਕਿਸੇ ਦੇ ਘਰ ਨੂੰ ਬਣਾਉਣ ਵਾਲਾ ਮਿਸਤਰੀ ਉਹਦਾ ਮਾਲਕ ਨਹੀਂ ਹੁੰਦਾ ਤੇ ਨਾਲੇ ਇਹ ਜੋ ਨਵੀਂ ਸੜਕ ਕਹਿ ਰਿਹਾ ਇਸ ਵਿੱਚਲੇ ਖੱਡੇ ਪੁਰਾਣੀ ਸੜਕ ਤੋਂ ਵੀ ਜ਼ਿਆਦਾ ਹੋ ਚੁੱਕੇ ਸਨ ਮੋਟਰਸਾਈਕਲ ਸਵਾਰ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਹੋਇਆ ਹਏ ਬਹੁਤ ਗਰਮੀ ਹੈ ਪਿਆਸ ਵੀ ਬਹੁਤ ਲੱਗੀ ਹੈ ਕਿਤੇ ਰੁੱਕ ਕੇ ਸ਼ਕਨਵੀ ਪੀਨੇ ਆ ਉਹਦੀ ਨਜ਼ਰ ਸੜਕ ਦੇ ਕਿਨਾਰੇ ਖੜੇ ਇੱਕ ਸ਼ਕਨਵੀ ਵਾਲੇ ਤੇ ਪੈਂਦੀ ਹੈ ਰੁਕ ਜਾਂਦਾ ਹੈ ਮੋਟਰਸਾਈਕਲ ਸਵਾਰ ਓ ਬਈਆ ਸ਼ਕਨਵੀ ਬਣਾ ਇੱਕ ਗਲਾਸ ਬਰਫ਼ ਵੱਧ ਰੱਖੀ ਤੇ ਮਿੱਠਾ ਘੱਟ ਕਤੀਰਾ ਗੁੰਦ ਹੈ ਉਹ ਵੀ ਪਾ ਲੈ ਹੈਲਮਟ ਵਿਕਰੇਤਾ ਸ਼ਕਨਵੀ ਵਾਲੇ ਦੇ ਕੋਲ ਇੱਕ ਵਿਅਕਤੀ ਨੇ ਹੈਲਮਟ ਸਜਾ ਕੇ ਲਾਈ ਹੋਈ ਹੈ ਉਸ ਤਰ੍ਹਾਂ ਜਿਵੇਂ ਅੱਜਕੱਲ ਪੈਲੇਸਾਂ ਚ ਫਰੂਟ ਚਾਟ ਵਾਲਿਆਂ ਨੇ ਦੁਕਾਨ ਸਜਾਈ ਹੁੰਦੀ ਹੈ ਸਾਬ ਹੈਲਮਟ ਲੈ ਲਓ ਸਸਤੇ ਮੇ ਦੇ ਰਹਾ ਹੂੰ ਰਾਤ ਦਾ ਸਮਾਂ ਹੋਣੇ ਕੋ ਆ ਰਿਹਾ ਹੈ ਸਵੇਰ ਕਾ ਇੱਕ ਵੀ ਹੈਲਮਟ ਨਹੀਂ ਬੀਕਾ ਲੈ ਲਓ ਸਾਬ ਹੈਲਮਟ ਲੈ ਲਓ ਮੋਟਰਸਾਈਕਲ ਸਵਾਰ ਉਹਦੀ ਗੱਲ ਵੱਲ ਧਿਆਨ ਕੀਤੇ ਬਿਨਾਂ ਸ਼ਕਨਵੀ ਪਿੰਦਾ ਤੇ ਕਿੱਕ ਮਾਰ ਕੇ ਫਿਰ ਤੇਜ਼ੀ ਨਾਲ ਨਿਕਲ ਜਾਂਦਾ ਹੈ ਥੋੜੀ ਦੂਰ ਜਾ ਕੇ ਇੱਕ ਆਵਾਜ਼ ਆਉਂਦੀ ਹੈ ਧੜਮ 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 ਭੀੜ ਇਕੱਠੀ ਹੋ ਜਾਂਦੀ ਹੈ ਭੀੜ ਨੂੰ چیرਦਾ ਹੋਇਆ ਇੱਕ ਵਿਅਕਤੀ ਅੱਗੇ ਆਉਂਦਾ ਹੈ ਤੇ ਵੇਖਦਿਆਂ ਹੀ ਫੋਨ ਕੱਢ ਕੇ ਕੋਈ ਨੰਬਰ ਡਾਇਲ ਕਰਦਾ ਹੈ ਵਿਅਕਤੀ ਜਨਾਬ ਸੋਨੂ ਜਨਾਬ ਆਪਣਾ ਸੋਨੂ ਉਹਨੂੰ ਸਾਹ ਚੜਿਆ ਹੋਇਆ ਤੇ ਉਹਦੀ ਆਵਾਜ਼ ਨਹੀਂ ਨਿਕਲ ਰਹੀ ਕਾਉਂਸਲਰ ਕੀ ਸੋਨੂ ਸੋਨੂ ਲਿਆ ਕੀ ਗੱਲ ਹੋਈ ਹੈ ਵਿਅਕਤੀ ਜਨਾਬ ਸੋਨੂ ਦਾ ਐਕਸੀਡੈਂਟ ਹੋ ਗਿਆ ਕਾਉਂਸਲਰ ਕਾਉਂਸਲਰ ਦੀਆਂ ਲੱਤਾਂ ਕੰਬਣ ਲੱਗ ਪਈਆਂ ਆਵਾਜ਼ ਥਰਥਰੌਣ ਲੱਗ ਪਈ ਸੋਨੂੰ ਠੀਕ ਆ ਨਾ ਸੱਟਾਂ ਦੇ ਨਹੀਂ ਲੱਗੀਆਂ ਬਹੁਤੀਆਂ ਜਨਾਬ ਲੋਕ ਦੱਸਦੇ ਆ ਵੀ ਸੋਨੂੰ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਸੜਕ ਤੇ ਪਈ ਇੱਕ ਖੱਡੇ 'ਚ ਉਹਦਾ ਮੋਟਰਸਾਈਕਲ ਵੱਜਣ ਨਾਲ ਉਹ ਡਿੱਗ ਗਿਆ ਤੇ ਦੂਜੇ ਪਾਸੇ ਆਉਂਦੀ ਇੱਕ ਕਾਰ ਨੇ ਉਹਦਾ ਸਿਰ ਕੁਚਲ ਦਿੱਤਾ ਹੈ ਬਾਕੀ ਸਰੀਰ ਤੇ ਕੋਈ ਸੱਟਾਂ ਦੇ ਨਿਸ਼ਾਨ ਵੀ ਨਹੀਂ ਲੱਗੇ ਹੈਲਮਟ ਪਾਇਆ ਹੁੰਦਾ ਤਾਂ ਸ਼ਾਇਦ ਬਚ ਜਾਂਦਾ ਕਾਉਂਸਲਰ ਉੱਚੀ-ਉੱਚੀ ਰੋਂਦਾ ਆਪਣਾ ਸਿਰ ਕੰਧ ਨਾਲ ਮਾਰਦਾ ਹੋਇਆ ਕਹਿੰਦਾ ਮੇਰਾ ਪੁੱਤਰ ਐਕਸੀਡੈਂਟ ਨਾਲ ਨਹੀਂ ਮਰਿਆ ਮੈਂ ਮਾਰਿਆ ਆਪਣੇ ਪੁੱਤਰ ਨੂੰ ਮੈਂ ਮਾਰਿਆ ਉੱਚੀ ਉੱਚੀ ਰੋਂਦਾ ਤੇ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਪਰਦਾ ਡਿੱਗਦਾ ਹੈ ਤਨਵ